50-50 ਸਾਲ ਦੇ ਪੁਰਾਣੇ ਰੁੱਖ ਇੱਥੇ ਖੜੇ ਆ, ਘੱਟੋ ਘੱਟ 26,000 ਦੇ ਕਰੀਬ ਜਿਹੜੇ ਰੁੱਖ ਨੇ ਇਹ ਵੱਢੇ ਜਾ ਰਹੇ। ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਕੁਛ ਰੂਲ ਹੁੰਦੇ ਨੇ, ਕੁਛ ਕਾਨੂੰਨ ਹੁੰਦੇ ਨੇ, ਕੁਛ ਕਾਇਦੇ ਹੁੰਦੇ ਨੇ। ਇਹਨਾਂ ਨੇ ਇਹ ਕੇਸ ਪਾਇਆ ਸੀਗਾ NGT ਦੇ ਕੋਲੇ ਵੀ ਇਹ ਸੜਕ ਦੇ ਉੱਤੇ ਹਜ਼ਾਰਾਂ ਰੁੱਖਾਂ ਦਾ ਕਤਲ ਹੋਣਾ, ਇਹਨਾਂ ਨੂੰ ਵੱਢਣ ਤੋਂ ਰੋਕਣ ਲਈ ਸਰਕਾਰ ਨੂੰ ਰੋਕਿਆ ਜਾਵੇ। ਜਿਹੜੀ DFO ਆ ਉਹਨੂੰ ਮੇਲ ਕੀਤੀ ਹੈ ਵੀ ਆਹ NGT ਦਾ ਨੋਟਿਸ ਆ ਪੰਜਾਬ ਸਰਕਾਰ ਨੂੰ, ਇਹਦੇ ਤੇ ਗੌਰ ਕਰੋ, ਦਰਖਤ ਨਾ ਕੱਟੋ। ਸੋ ਪਰ ਉਹਦੇ ਬਾਵਜੂਦ ਵੀ ਕੋਈ ਪ੍ਰਵਾਹ ਨਹੀਂ, ਇੱਥੇ ਕਿਹੜਾ ਕਾਨੂੰਨ ਸਭ ਉਡਾ ਦਿੰਦੇ ਆ, ਕਾਨੂੰਨ ਧੱਜੀਆਂ ਉਡਾ ਦਿੰਦੇ ਨੇ ਇਹਨਾਂ ਨੂੰ। ਹੁਣ ਲੋਕ ਵੀ ਉਹ ਜਿਵੇਂ ਭੰਤ ਕਹਿੰਦਾ ਹੁੰਦਾ ਸੀ ਨਾ, ਘੂੰ ਘੂੰ ਕਰਦੇ ਨਾ, ਤਾਂ ਲੋਕ ਕੀੜੇ ਮਕੌੜੇ ਲੱਗਦੇ ਆ, ਖੜੇ ਸੋਡੇ ਖੜੇ 100 ਬੰਦਾ ਕੀੜਾ ਮਕੌੜਾ ਹੀ ਲੱਗਦਾ। ਇਹ ਤਾਂ ਉਦੋਂ ਹੀ ਆਉਂਦੇ ਆ ਧਰਤੀ ਤੇ ਜਦੋਂ ਵੋਟਾਂ ਆ ਜਾਂਦੀਆਂ ਨੇ। ਖੜੇ ਆ ਜਿਹੜੀ ਪਟਿਆਲੇ ਤੋਂ ਸਰਹੰਦ ਨੂੰ ਸੜਕ ਜਾਂਦੀ ਆ, ਤੁਸੀਂ ਵੀ ਕਦੇ ਲੰਘੇ ਹੋਵੋਗੇ ਸੜਕ ਦੇ ਉੱਤੋਂ ਦੀ, ਤਾਂ ਦਰਵਾਜ਼ਾ ਬਣਿਆ ਵਾ ਤਾਂ ਸਾਰੀ ਸੜਕ ਦੇ ਧੁਰ ਤੋਂ ਧੁਰ 30 ਮੀਲ ਦੀ ਵਾਟ ਹੋਣੀ ਆ ਪਟਿਆਲਾ ਤੋਂ ਸਰਹੰਦ, ਤੇ 30 ਮੀਲ ਦੇ ਵਿੱਚ ਦਰਵਾਜ਼ਾ ਪੂਰਾ ਪੁਰਾਣੇ ਜਿਹੜੇ 50-50 ਸਾਲ ਦੇ ਪੁਰਾਣੇ ਰੁੱਖ ਇੱਥੇ ਖੜੇ ਆ, ਘੱਟੋ ਘੱਟ 26,000 ਦੇ ਕਰੀਬ ਜਿਹੜੇ ਰੁੱਖ ਨੇ ਇਹ ਵੱਢੇ ਜਾ ਰਹੇ ਆ, ਕੱਟੇ ਜਾ ਰਹੇ। ਪਰ ਇਹ ਸੜਕ ਕਹਿੰਦੇ ਜੀ ਚੌੜੀ ਕਰਨੀ ਆ, ਸੋ ਅਸੀਂ ਇਹ ਨਹੀਂ ਕਹਿੰਦੇ ਵੀ ਸੜਕਾਂ ਚੌੜੀਆਂ ਨਾ ਕਰੋ, ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਕੁਛ ਰੂਲ ਹੁੰਦੇ ਨੇ, ਕੁਛ ਕਾਨੂੰਨ ਹੁੰਦੇ ਨੇ, ਕੁਛ ਕਾਇਦੇ ਹੁੰਦੇ ਨੇ ਜਿਹੜੇ ਲਾਗੂ ਕਰਨੇ ਹੁੰਦੇ ਨੇ, ਕੁਛ ਗਾਈਡਲਾਈਨਾਂ ਹੁੰਦੀਆਂ ਨੇ, ਹਦਾਇਤਾਂ ਹੁੰਦੀਆਂ ਨੇ, ਚਾਹੇ PWD ਸੜਕ ਬਣਾ ਰਿਹਾ, ਚਾਹੇ ਕੋਈ ਮੰਡੀ ਬੋਰਡ ਬਣਾ ਰਿਹਾ, ਚਾਹੇ NHI ਬਣਾ ਰਿਹਾ। ਉਹਦੇ ਲਈ ਮੇਰੇ ਨਾਲ ਖੜੇ ਨੇ ਕਪਿਲ ਅਰੋੜਾ ਜੀ, ਡਾਕਟਰ ਬੈਂਸ ਜੀ, ਲੂੰਬਾ ਜੀ, ਹਰਿੰਦਰ ਜੀ, ਇਹ ਸਾਰੇ ਖੜੇ ਹੈ। ਇਹਨਾਂ ਨੇ ਜਿਹੜੀ ਇਹਨਾਂ ਦੀ ਬਣੀ ਹੋਈ ਹੈ PAC, ਉਹਦੇ ਵੱਲੋਂ NGT ਨੂੰ ਇੱਕ ਇਹਨਾਂ ਨੇ ਇਹ ਕੇਸ ਪਾਇਆ ਸੀਗਾ NGT ਦੇ ਕੋਲੇ ਵੀ ਇਹ ਸੜਕ ਦੇ ਉੱਤੇ ਹਜ਼ਾਰਾਂ ਰੁੱਖਾਂ ਦਾ ਕਤਲ ਹੋਣਾ, ਇਹਨਾਂ ਨੂੰ ਵੱਢਣ ਤੋਂ ਰੋਕਣ ਲਈ ਸਰਕਾਰ ਨੂੰ ਰੋਕਿਆ ਜਾਵੇ। ਤਾਂ NGT ਨੇ ਸਰਕਾਰ ਨੂੰ ਨੋਟਿਸ ਕੀਤਾ, ਆਰਡਰ ਕਰਕੇ ਨੋਟਿਸ ਕੀਤਾ ਵੀ ਤੁਸੀਂ ਜੇ ਸੜਕ ਚੌੜੀ ਕਰਨੀ ਆ, ਸੜਕ ਚੌੜੀ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਨਾਲ ਸੜਕ ਦੇ ਇੱਕ ਪਾਸੇ ਜਾਂ ਦੋਨੇ ਪਾਸੇ, ਪਹਿਲੀ ਗੱਲ ਤਾਂ ਇੱਕ ਪਾਸੋਂ ਪੱਟ ਲੈਣ, ਇੱਕ ਪਾਸਾ ਵਾਜੇ ਵੀ ਤੁਸੀਂ ਜ਼ਮੀਨ ਅਕਵਾਇਰ ਕਰਨੀ ਆ ਰੁੱਖ ਲਾਉਣ ਦੀ ਖਾਤਰ। ਜਿੰਨੀ ਤੁਸੀਂ ਰੁੱਖ ਪੱਟੋਗੇ ਉਨੀ ਨਾਲ ਬਰਾਬਰ ਜ਼ਮੀਨ ਅਕਵਾਇਰ ਕਰਕੇ ਉਹਦੇ 'ਚ ਰੁੱਖ ਲਾਏ ਜਾਣ। ਇੱਕ ਤਾਂ ਇਹ NGT ਨੇ ਨੋਟਿਸ ਕੀਤਾ ਪੰਜਾਬ ਸਰਕਾਰ ਨੂੰ, ਦੂਜਾ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜੇ ਪਤਲੇ ਰੁੱਖ ਨੇ, ਮੰਨ ਲਓ 3-3, 4-4 ਇੰਚੀ ਦੇ ਬਰੀਕ ਜਿਹੜੇ ਪਤਲੇ ਛੋਟੇ ਰੁੱਖ ਨੇ, ਜਿਨ੍ਹਾਂ ਨੂੰ ਆਪਾਂ ਖੁਦ ਕੇ ਪੱਟ ਕੇ ਦੂਜੇ ਥਾਂ ਲਾ ਸਕਦੇ ਹਾਂ, ਟਰਾਂਸਪੋਰਟ ਕਰ ਸਕਦੇ ਹਾਂ, ਉਹਨਾਂ ਰੁੱਖਾਂ ਨੂੰ ਹਦਾਇਤ ਕੀਤੀ ਹੈ ਤੁਸੀਂ ਉਹ ਵੱਢਣੇ ਨਹੀਂ, ਕੱਟਣੇ ਨਹੀਂ, ਉਹ ਤੁਸੀਂ ਉਹਨਾਂ ਨੂੰ ਉੱਥੋਂ ਖੁੱਕ ਕੇ ਕਿਸੇ ਹੋਰ ਥਾਂ ਲਾਇਆ ਜਾਵੇ। ਇਹ ਨੋਟਿਸ ਦਾ ਪੰਜਾਬ ਸਰਕਾਰ ਨੇ ਜਵਾਬ ਦੇਣ ਤੋਂ ਪਹਿਲਾਂ ਇਹਨਾਂ ਰੁੱਖਾਂ ਨੂੰ ਲਗਾਤਾਰ ਬਹੁਤ ਤੇਜ਼ੀ ਨਾਲ ਵੱਢਣਾ ਪਟਾਉਣਾ ਸ਼ੁਰੂ ਕਰਤਾ। ਅਤੇ ਆਉਣ 'ਤੇ ਅਸੀਂ ਆਏ ਹਾਂ, ਕੁਛ ਪਿੰਡਾਂ ਤੋਂ ਨੌਜਵਾਨ ਆਏ ਆ, ਜਿਹੜਾ ਜੰਗਲਾਤ ਅਫਸਰ ਹੈ ਜ਼ਿਲ੍ਹੇ ਪਟਿਆਲੇ ਦੇ ਫਤਿਹਗੜ੍ਹ ਸਾਹਿਬ ਦਾ, ਇੱਕੋ ਹੀ ਆ DFO, ਉਹੀ ਜਿਹੜੀ ਬੀਬੀ ਦੀ ਗੱਲ ਕਰ ਰਿਹਾ ਸੀਗਾ ਬਾਈ, ਕਿ ਜਿਹੜੀ ਬੀਬੀ ਹਿੰਦੀ ਬੋਲਦੀ ਹੈ, ਸੋ ਉਹੀ ਗੱਲ ਜਿਹੜੀ ਨੇ ਹਿੰਦੀ ਬੋਲਣੀ, ਉਹਨੂੰ ਪੰਜਾਬ ਬਾਰੇ ਪਤਾ ਕੀ ਹੋਣਾ, ਪੰਜਾਬ ਦੇ ਰੁੱਖਾਂ ਦੀ ਕਟਾਈ ਪੜਾਈ ਦੱਬ ਦਿਓ ਕਿੱਲੀ। ਤਾਂ ਉਹਦੇ ਨਾਲ ਗੱਲ ਕੀਤੀ ਵੀ ਤੁਹਾਨੂੰ ਨੋਟਿਸ ਹੋਇਆ ਜੀ, ਤਾਂ ਕਹਿੰਦੇ ਸਾਡੇ ਕੋਲ ਤਾਂ ਪਹੁੰਚਿਆ ਨਹੀਂ, ਹਾਲਾਂਕਿ ਕਪਿਲ ਜੀ ਖੜੇ ਆ, ਇਹਨਾਂ ਨੇ ਕੱਲ ਭੇਜਿਆ ਬਾਈ, ਕੱਲ ਉਹਨਾਂ ਨੂੰ ਮੇਲ ਕੀਤੀ ਆ, ਜਿਹੜੀ DFO ਆ ਉਹਨੂੰ ਮੇਲ ਕੀਤੀ ਹੈ ਵੀ ਆਹ NGT ਦਾ ਨੋਟਿਸ ਆ ਪੰਜਾਬ ਸਰਕਾਰ ਨੂੰ, ਇਹਦੇ ਤੇ ਗੌਰ ਕਰੋ, ਦਰਖਤ ਨਾ ਕੱਟੋ।
ਸੋ ਪਰ ਉਹਦੇ ਬਾਵਜੂਦ ਵੀ ਕੋਈ ਪ੍ਰਵਾਹ ਨਹੀਂ ਇੱਥੇ, ਕਿਹੜਾ ਕਾਨੂੰਨ ਸਭ ਉਡਾ ਦਿੰਦੇ ਆ, ਕਾਨੂੰਨ ਧੱਜੀਆਂ ਉਡਾ ਦਿੰਦੇ ਨੇ। ਸੋ ਇਸ ਕਰਕੇ ਅਸੀਂ ਪਰਸੋਂ ਦਿਨ ਮੰਗਲਵਾਰ ਨਾ ਜੀ, ਪਰਸੋਂ ਦਿਨ ਮੰਗਲਵਾਰ 11 ਵਜੇ ਪਟਿਆਲਾ ਸਰਹੰਦ ਸੜਕ ਦੇ ਉੱਤੇ ਪਿੰਡ ਪੈਂਦਾ ਆਦਮਪੁਰ ਅਸੀਂ ਪਹੁੰਚ ਰਹੇ ਹਾਂ। ਸਾਰੀ ਸਾਡੀ ਟੀਮ ਪਹੁੰਚ ਰਹੀ ਹੈ। ਮੈਂ ਅਪੀਲ ਕਰਦਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਲੋਕਾਂ ਨੂੰ, ਪਿੰਡਾਂ ਚੋਂ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ, ਪਿੰਡਾਂ ਚੋਂ ਉੱਠ ਕੇ ਆਓ ਯਾਰ, ਇਹ ਤੁਹਾਡੇ ਲਈ ਛਾਵਾਂ ਦਿੰਦੇ ਨੇ, ਇਹ ਤੁਹਾਡੇ ਲਈ ਆਕਸੀਜਨ ਦਿੰਦੇ ਨੇ, ਮੀਂਹ ਪਵਾਉਂਦੇ ਨੇ। ਜਦੋਂ ਅਸੀਂ ਤੁਸੀਂ ਜਾਂਦੇ ਹੋ ਪਟਿਆਲੋਂ ਸਰਹੰਦ ਨੂੰ ਤੇ ਤੁਹਾਨੂੰ ਜਦੋਂ ਗਰਮੀ ਦੇ ਵਿੱਚ ਵੀ ਏਸੀ ਛੱਡਿਆ ਹੁੰਦਾ ਤਾਂ ਠੰਡ ਲੱਗਣ ਲਾ ਦਿੰਦੇ ਆ, ਥੱਲੇ ਆਉਂਦੇ ਹੋ ਸਾਰੀ ਸੜਕ ਤੇ ਛਾਈ ਛਾਂ ਐ ਰੁੰਡ ਮਰੁੰਡ ਬਣਾ ਦੇਣਗੇ, ਜਿਵੇਂ ਉਹ ਬੀਕਾਨੇਰ ਤੋਂ ਬੜੇ ਫਿਰਦੇ ਹੁੰਦੇ ਆ, ਤੇ ਲੱਗਣਾ ਵੀ ਇੱਕ ਦਰਖਤ ਨੀ। ਸੋ ਸੋਨੂੰ ਅਪੀਲ ਆ ਬਾਈ, ਹੁਣ ਇਹ ਕਹਿਣਗੇ ਸੜਕਾਂ ਨੀ ਚੌੜੀਆਂ, ਯਾਰ ਕਰ ਲੈਣ, ਅਸੀਂ ਵਾਰ ਵਾਰ ਇਹ ਗੱਲ ਕਰਦੇ ਆ, ਸੜਕਾਂ ਦਾ ਕੋਈ ਵਿਰੋਧੀ ਨੀ, ਕਰ ਲਓ ਸੜਕਾਂ ਚੌੜੀਆਂ, ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਨੇ ਵੀ ਜ਼ਮੀਨਾਂ ਕੁਆਇਰ ਕਰਕੇ ਰੁੱਖ ਲਾਓ, ਛੋਟੇ ਰੁੱਖਾਂ ਨੂੰ ਪੱਟ ਕੇ, ਜਿਵੇਂ ਗੱਲ ਕੀਤੀ ਕਿ ਇਹਨਾਂ ਨੇ ਜ਼ੀਰੋ ਪੁਆਇੰਟ ਬੱਤੀ ਜਣੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਜੇ ਰੁੱਖ ਨੇ ਕਿਤੇ ਤਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਹੈ। ਜੇ ਤੁਸੀਂ ਪੱਟਣੇ ਆ ਤਾਂ ਇੱਥੇ ਹੀ ਕੋਕੇ ਲਾਓ ਕਿਤੇ। ਸੋ ਅਸੀਂ ਇਹ ਚੇਤਾਵਨੀ ਆ ਸਰਕਾਰ ਨੂੰ ਤੇ ਠੇਕੇਦਾਰ ਨੂੰ ਅਸੀਂ ਫੋਨ ਕਰਦਾ ਵੀ ਭਾਈ ਇਹ ਦਰਾਤ ਨਾ ਪੱਟੀ। ਪਰਸੋਂ ਅਸੀਂ ਪਹੁੰਚ ਰਹੇ ਹਾਂ, ਸਾਰੇ ਪਿੰਡਾਂ ਦੇ ਆ ਜਾਂਦੇ ਆ, ਘੂੰ ਘੂੰ ਕਰਦੇ, ਕੋਈ ਪ੍ਰਵਾਹ ਨਹੀਂ ਇਹਨਾਂ ਨੂੰ, ਆਹ ਨੰਘ ਗਏ, ਪਤਾ ਨਹੀਂ ਕਿਹੜਾ ਮੰਤਰੀ ਹੁੰਦਾ ਕੌਣ ਆਏ ਇਹਨਾਂ ਨੂੰ। ਲੋਕ ਵੀ ਉਹ ਜਿਵੇਂ ਭੰਤ ਕਹਿੰਦਾ ਹੁੰਦਾ ਸੀ ਨਾ, ਘੂੰ ਘੂੰ ਕਰਦੇ ਨਾ, ਤਾਂ ਲੋਕ ਕੀੜੇ ਮਕੌੜੇ ਲੱਗਦੇ ਆ, ਖੜੇ ਸੋਡੇ ਖੜੇ 100 ਬੰਦਾ ਕੀੜਾ ਮਕੌੜਾ ਹੀ ਲੱਗਦਾ। ਇਹ ਤਾਂ ਉਦੋਂ ਹੀ ਆਉਂਦੇ ਆ ਧਰਤੀ ਤੇ ਜਦੋਂ ਵੋਟਾਂ ਆ ਜਾਂਦੀਆਂ ਨੇ। ਸੋ ਬਾਈ ਬੇਨਤੀ ਇੰਨੀ ਆ ਸਾਰਿਆਂ ਨੂੰ ਕਿ ਫਰਜ਼ ਸਾਰਿਆਂ ਦਾ ਯਾਰ, ਇਹ ਤੁਹਾਡੇ ਤੁਹਾਡਾ ਜੀਵਨ ਦਾ ਇੱਕ ਅੰਗ ਨੇ ਮੈਂ ਕਹੂੰਗਾ ਰੁੱਖ ਯਾਰ। ਆਓ ਯਾਰ ਆਪਾਂ 25-26 ਹਜ਼ਾਰ ਰੁੱਖ ਦਾ ਕਤਲ ਹੋਣਾ, ਜਿਹਦੇ ਟਾਹਲੀਆਂ ਬਰੋਟੇ ਪਿੱਪਲ ਨਿੰਮਾਂ ਕਿੱਕਰਾਂ ਬਹੁਤ ਪੁਰਾਣੇ ਦਰਖਤ ਸਾਡੇ ਖੜੇ ਆ, ਵੱਢ ਦੇਣੇ ਇਹਨਾਂ ਨੇ। ਜੇ ਆਪਾਂ ਉੱਠ ਕੇ ਹੰਬਲਾ ਮਾਰ ਗਏ ਤਾਂ ਰੁੱਖ ਵੀ ਜਾਣਗੇ, ਉਹ ਕੋਈ ਹੱਲ ਕਰਨਗੇ, ਚਾਹੇ ਪਾਸੇ ਕੁਆਇਰ ਕਰਕੇ ਚਾਹੇ ਇੱਕ ਪਾਸਾ ਵੱਢਣ। ਆਮ ਤੌਰ ਤੇ ਕਈ ਸੜਕਾਂ ਚੌੜੀਆਂ ਹੋਗੀਆਂ, ਉਹਨਾਂ ਨੇ ਇੱਕ ਪਾਸੇ ਵੱਢ ਲਏ, ਉੱਧਰ ਜ਼ਮੀਨ ਕੁਆਇਰ ਕਰਕੇ ਰੁੱਖ ਵੀ ਲਾਤੇ ਤੇ ਦੂਜੇ ਪਾਸੇ ਉਹਨੇ ਬਚਾ ਲਏ, ਇਹ ਦੋਨੇ ਪਾਸੇ ਵੱਢੀ ਜਾਂਦੇ ਆ। ਸੋ ਪਰਸੋਂ ਦਿਨ ਮੰਗਲਵਾਰ ਸਮਾਂ 11 ਵਜੇ ਪਿੰਡ ਆਦਮਪੁਰ ਆਪਾਂ ਇਕੱਠੇ ਹੁੰਦੇ ਹਾਂ। ਸਾਰੇ ਲੋਕਾਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਬਾਈ ਜ਼ਿਲ੍ਹਾ ਪਟਿਆਲਾ ਦੇ ਫਤਿਹਗੜ੍ਹ ਸਾਹਿਬ ਤੋਂ ਪਹੁੰਚੋ। ਵਾਹਿਗੁਰੂ ਜੀ ਕੀ ਫਤਿਹ। ਠੇਕੇਦਾਰਾਂ ਨੂੰ ਕਹਿਣਾ ਚਾਹੁੰਦੇ ਭਰਾਵੋ, ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ, ਇੱਥੋਂ ਕੋਈ ਰੁੱਖ ਕੱਟਿਆ ਵੱਢਿਆ ਨਾ ਜਾਵੇ।